ਸੋ ਆ ਰਿਹਾ ਗੇਟ ਨੰਬਰ 1 ਸ਼੍ਰੀ ਬਾਲਾ ਜੀ ਮੰਦਿਰ ਸਾਲਾ ਸਰਦਾਰ। ਆ ਰਿਹਾ ਮੰਦਿਰ ਦਾ ਪ੍ਰਵੇਸ਼ ਦਰਬਾਰ, ਚਲੀਏ ਅੰਦਰ। ਸੋ ਹੇ ਗਾਇਸ, ਵੈਲਕਮ ਟੂ ਮਾਈ ਨਿਊ ਵਲੋਗ। ਅੱਜ ਦੀ ਮਿਸ਼ਰਾ ਨਵੇਂ ਵਲੋਗ ਨੇ ਕਰਨ ਲੱਗੇ ਹਾਂ। ਸੋ ਆਈ ਹੋਪ ਕਿ ਸਾਰਿਆਂ ਨੇ ਵਧੀਆ ਹੋ ਗਈ। ਅਤੇ ਦਿਨ ਦੇ 8:30 ਹੋ ਚੱਲੇ ਆ, ਰੈਡੀ ਸ਼ੈਡੀ ਹੋ ਗਏ ਹਾਂ। ਅਤੇ ਫਿਲਹਾਲ ਆਪਾਂ ਚਲੀਏ ਨਾਸ਼ਤਾ ਕਰਨ ਜਾਣਾ ਕਿ ਮੰਦਰ ਜਾਣਾ? ਨਾਸ਼ਤਾ ਕਰਨ, ਫਿਰ ਜਾਂਦੇ ਆਪਾਂ ਮੰਦਰ, ਫਿਰ ਮਿਲਦਾ ਤੁਹਾਡੇ ਨਾਲ। ਸੋ ਆਪਾਂ ਅਸੀਂ ਤੋਰਨ ਦੁਆਰ ਆ ਗਏ ਹਾਂ। ਧੁੱਪ ਬਹੁਤ ਜ਼ਿਆਦਾ ਤੇਜ਼ ਹੈਗੀ ਅੱਜ, ਅਤੇ ਬਟ ਹਵਾ ਵੀ ਚਲਦੀ ਪਈ ਹੈ। ਹੋਰ ਆ ਤੋਰਨ ਦੁਆਰ, ਜੈ ਸ਼੍ਰੀ ਸ਼ਾਮ। ਸੂਰਜ ਦੇਵਤਾ ਅਤੇ ਪੈਰਾਂ 'ਚ ਆ ਪੜਾਸ ਨਿਕਲਦੀ ਪਈ ਆ, ਅਤੇ ਡੈਡੀ ਸਪਾਈ ਦੇ ਰਹੇ ਆ। ਇਹ ਆ ਰਹੀ ਮੰਮੀ, ਆਹੋ ਉੱਧਰ ਵਾਲੀ ਸਾਈਡ ਹੈਗਾ ਬੱਦਲ। ਫਿਲਹਾਲ ਚੱਲੀਏ ਆਪਾਂ। ਲਗਾਤੇ ਹੈ ਥੋੜੀ ਦੇਰ ਮੇ, ਬਹੁਤ ਬੜਾ ਕੋਈ ਲੈਣ ਲੱਗੇ ਆ ਨਿਸ਼ਾਨ ਚਿੰਨ੍ਹ। ਤੁਸੀਂ ਇੱਥੋਂ ਦੇਖ ਹੀ ਸਕਦੇ ਹੋ ਕਿ ਹਵਾ ਕਿੰਨੀ ਤੇਜ਼ ਚੱਲਦੀ ਪਈ ਆ, ਅਤੇ ਬਾਕੀ ਹੋ ਰਿਹਾ ਸ਼ਾਮ ਦਰਬਾਰ, ਬਾਕੀ ਹੋ ਰਿਹਾ ਸ਼੍ਰੀ ਸ਼ਾਮ ਤੋਰਨ ਦਰਬਾਰ। ਬਲਿਊ ਦਿੱਤਾ, ਜਿਹੜਾ ਮਰਜ਼ੀ ਲੈ ਲਓ, ਸਾਰੇ ਇੱਕੋ ਹੀ ਆ। ਹੁਣ ਅਸੀਂ ਨਿਸ਼ਾਨ ਚਿੰਨ੍ਹ ਲੈ ਲਿਆ, ਅਤੇ ਹੁਣ ਆਪਾਂ ਜਾਣਾ ਮੰਦਿਰ, ਮੰਦਿਰ ਚੜ੍ਹਾਵਾਂਗੇ ਨਿਸ਼ਾਨ। ਅਤੇ ਬਾਕੀ ਮੰਮੀ ਵੀ ਨਾਲ ਹੈ। ਧੁੱਪ ਅੱਜ ਤੇਜ਼ ਆ, ਕੱਲ੍ਹ ਫਿਰ ਮਤਲਬ ਕਿ ਧੁੱਪ ਘੱਟ ਸੀ, ਅੱਜ ਜ਼ਿਆਦਾ ਤੇਜ਼। ਬਾਕੀ ਦੇਖਦੇ ਹਾਂ, ਮਿਲਦਾ ਤੁਹਾਡੇ ਨਾਲ। ਪੜ੍ਹ ਲਓ ਸਾਰੇ ਯਾਰ ਵੀ ਨਿਸ਼ਾਨ ਲੈ ਕੇ। ਹੁਣ ਆਪਾਂ ਨੰਗੀ ਭਾਰੀ ਜਾਣਾ, ਤਾਂ ਹੀ ਚਲਦੇ ਜਾਣਾ। ਸੋ ਹੁਣ ਲੈ ਲੱਗੇ ਅਸੀਂ ਪ੍ਰਸ਼ਾਦ ਅਤੇ ਗੁਲਾਬ ਦਾ ਫੁੱਲ, ਬਾਬਾ ਜੀ ਨੂੰ ਚੜ੍ਹਾਉਣਾ ਨਾ ਇਸ ਲਈ, ਅਤੇ ਲਈਏ। ਅਤੇ ਫਿਰ ਚੱਲਦੇ ਹਾਂ ਆਪਾਂ ਮੰਦਿਰ, ਮੰਦਿਰ ਵੀ ਬਿਲਕੁਲ ਸਾਹਮਣੇ ਆ, ਹੋ ਰਿਹਾ ਬਿਲਕੁਲ ਸਾਹਮਣੇ। ਵਧੀਆ ਵਧੀਆ ਲਈਓ। ਚੱਲਦੇ ਹਾਂ
ਸੋ ਹੁਣ ਆਪਾਂ ਪ੍ਰਸ਼ਾਦ ਤੇ ਇੱਤਰ ਲੈ ਲਿਆ, ਨਾਲੇ ਗੁਲਾਬ ਦੇ ਫੁੱਲ, ਹੁਣ ਚਲੀਏ ਆਪਾਂ ਮੱਥਾ ਟੇਕਣ ਬਾਬਾ ਜੀ ਦੀ, ਚੱਲਦੇ ਹਾਂ ਨਾਲੇ ਹਵਾ ਵੀ ਅੱਗੇ ਵੱਧ ਅਤੇ ਹੋਰ ਆ ਮੰਦਿਰ, ਅਤੇ ਆਪਾਂ ਚਲੀਏ ਅੰਦਰ ਅਤੇ ਬਾਕੀ ਦੇਖ ਰਹੇ ਹਾਂ ਆਹ ਸ਼੍ਰੀ ਸ਼ਾਮ। ਫੁੱਲ ਵਗੈਰਾ ਵੀ ਲੈ ਲਏ ਸੀਗੇ ਤੇ ਲਾਈਨ ਚ ਆਪਾਂ ਲੱਗ ਗਏ ਆ। ਹੋਰ ਬਾਬਾ ਜੀ ਦੇ ਲਾਗੇ ਪਹੁੰਚਣ ਵਾਲੇ ਹਾਂ ਆਪਾਂ, ਤੇ ਕਰੋ ਦਰਸ਼ਨ ਇੱਥੇ ਧੁੱਪ। ਮੰਦਿਰ ਦੇ ਲਾਗੇ ਪਹੁੰਚਣ ਵਾਲੇ ਹਾਂ ਆਪਾਂ। ਸੋ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਅੱਜ, ਫਿਰ ਮੈਂ ਜਿਹੜਾ ਸੀ ਉਹ ਵੀ ਬਿਲਕੁਲ ਅੰਦਰ ਗਿਆ ਬਾਬਾ ਜੀ ਦੇ, ਹੋ ਗਏ ਦਰਸ਼ਨ ਤੇ ਅੱਜ ਮੈਂ ਫੋਟੋ ਵੀ ਬਿਲਕੁਲ ਸਹੀ ਖਿੱਚੀ ਗਈ ਆ। ਹਾਂ ਦੁਬਾਰਾ ਨਹੀਂ, ਮੈਂ ਤੇ ਇੱਕ ਘੰਟਾ ਖੋਤਾ ਪਾ ਕੇ ਲੋ ਸੈਕਿੰਡ ਟਾਈਮ ਜਾ ਰਹੇ ਹਾਂ ਦਰਸ਼ਨ ਕਰਨ, ਪੌੜੀਆਂ ਵਾਲੇ ਰਸਤੇ ਤੋਂ ਹੀ ਬਿਲਕੁਲ ਸਾਹਮਣੇ ਹੋ, ਫਿਰ ਕਰਵਾਉਣਾ ਤੁਹਾਨੂੰ ਦਰਸ਼ਨ। ਆਹ ਲਾਈਨ ਦੂਸਰੀ, ਬਟ ਸਾਡੀ ਮੰਮੀ ਅਲੱਗ ਹੋ ਗਏ ਇੱਥੇ, ਮੰਮੀ ਕਹਿੰਦੇ ਮੈਂ ਨਹੀਂ ਜਾਣਾ ਇੱਧਰੋਂ। ਬਹੁਤ ਜ਼ਿਆਦਾ ਵਧੀਆ ਦਰਸ਼ਨ ਹੋ ਗਏ ਹੁਣ ਤੇ, ਉੱਪਰੋਂ ਹੀ ਪੌੜੀਆਂ ਰਸਤੇ ਤੋਂ ਵਧੀਆ ਹੁੰਦੇ ਦਰਸ਼ਨ ਵਾਲੇ। ਅਤੇ ਹੁਣ ਆਪਾਂ ਚਲੀਏ ਇੱਧਰ ਵਾਲੀ ਜਗ੍ਹਾ 'ਤੇ, ਨਾ ਰਸ਼ ਹੁੰਦਾ ਘੱਟ ਕਦੀ ਕਦੀ ਹੁੰਦਾ। ਸੋ ਮੰਦਿਰ ਤੋਂ ਆ ਗਏ ਸੀ ਅਸੀਂ ਦਰਸ਼ਨ ਵਗੈਰਾ ਕਰਕੇ, ਅਤੇ ਦੋ ਵਾਰੀ ਕਰਦੇ ਸੀ, ਕਾਫੀ ਵਧੀਆ ਦਰਸ਼ਨ ਹੋਏ। ਫਿਲਹਾਲ ਆਪਾਂ 15-20 ਮਿੰਟ ਰੈਸਟ ਕੀਤੀ ਰੂਮ 'ਚ ਅਤੇ ਲੱਤਾਂ ਦਰਦ ਕਰਨ ਲੱਗ ਗਈਆਂ ਸੀ, ਅਤੇ ਫਿਲਹਾਲ ਵੀ ਸਾਡੀ ਸਲਾਹ ਬਣਦੀ ਪਈ ਆ ਅਤੇ ਵੀ ਅੱਜ ਹੀ ਆਪਾਂ ਨਾ ਚੱਲ ਜਾਈਏ ਸਾਲਾਸਰ, ਘਰ ਨਹੀਂ ਸਾਲਾਸਰ ਦਰਸ਼ਨ ਕਰ ਆਈਏ, ਅਤੇ ਅੱਜ ਹੋ ਆਈਏ, ਕੱਲ੍ਹ ਆਪਾਂ ਸਾਰਾ ਦਿਨ ਰੈਸਟ ਕਰ ਲਾਂਗੇ, ਹੈ ਨਾ ਡੈਡੀ? ਮੈਂ ਅੱਜ ਹੀ ਹੋ ਆਈਏ, ਅਤੇ ਟਾਈਮ 12:30 ਹੋ ਗਏ ਆ, ਦੇਖੋ ਕਿੰਨੇ ਵਜੇ ਤੱਕ ਪਹੁੰਚਦੇ ਹਾਂ। ਮਿੰਨੀ ਮੈਟਾਡੋਰ ਜਾਂਦੀ ਸੀ ਛੋਟੀ, ਅਤੇ ਉਹਨਾਂ ਦੀ ਚਲੇ ਜਾਣਾ, ਸੋ ਮਿਲਦਾ ਤੁਹਾਡੇ ਨਾਲ ਮੈਂ ਥੋੜ੍ਹੀ ਦੇਰ ਤੱਕ ਬਾਹਰ ਜਾ ਕੇ। ਸੋ ਫਿਲਹਾਲ ਅਸੀਂ ਰੁਕੇ ਸੀਗੇ ਮਾਂ ਲਕਸ਼ਮੀ ਮਾਤਾ ਜੀ ਦੇ ਮੰਦਿਰ, ਸੋ ਹੈਗਾ ਮੰਦਿਰ ਮਾਤਾ ਜੀ ਦਾ ਹੈਗਾ ਸੀਗਾ, ਕਹਿੰਦੇ ਸੀਗੇ ਮੱਥਾ ਟੇਕ ਕੇ ਜਾਈਏ ਆਪਾਂ, ਕਹਿੰਦਾ ਚੱਲ ਕੋਈ ਨਹੀਂ ਪਰਾਂ ਟੇਕ ਲੈਂਦੇ ਹਾਂ। ਅਤੇ ਮੰਦਿਰ ਸ਼ਾਇਦ
ਉੱਧਰ ਆ, ਬਾਕੀ ਚੱਲਦੇ ਹਾਂ। ਆ ਰਿਹਾ ਮੰਦਿਰ ਦਾ ਪ੍ਰਵੇਸ਼ ਦਰਬਾਰ, ਹੁਣ ਚਲੀਏ ਅੰਦਰ, ਸ਼ੂਜ਼ ਵਗੈਰਾ ਇੱਥੇ ਲਾਉਂਦੇ ਹਾਂ। ਸੋ ਮੰਦਿਰ ਦੇ ਦਰਸ਼ਨ ਕਰਕੇ ਪਾ ਗਏ ਸੀਗੇ ਫਿਲਹਾਲ ਅੰਦਰ, ਉਹਨਾਂ ਨੇ ਵੀਡੀਓ ਕੈਮਰਾ ਅਲਾਊਡ ਨਹੀਂ ਸੀ ਕੀਤਾ ਤਾਂ ਕਰਕੇ ਦਿਖਾਣੇ ਪਾਇਆ, ਥੋੜ੍ਹਾ ਜਿਹਾ ਹੀ ਦਿਖਾ ਪਾਇਆ। ਚਲੋ ਮਿਲਦੇ ਹਾਂ ਸਾਲਾਸਰ ਦਾ ਵੀ। ਸੋ ਹੁਣ ਅਸੀਂ ਬਾਲਾ ਜੀ ਦੇ ਮੰਦਿਰ ਪਹੁੰਚ ਗਏ ਹਾਂ ਸਾਲਾਸਰ, ਅਤੇ ਫਿਲਹਾਲ ਅਤੇ ਆਪਾਂ ਤਾਂ ਰਸਤੇ 'ਤੇ ਬਸ ਥੋੜ੍ਹਾ ਕੁ ਰਹਿ ਗਿਆ, ਤੁਹਾਨੂੰ ਜਿੱਥੇ ਆਪਾਂ ਪਿਛਲੀ ਵਾਰੀ ਰੁਕੇ ਸੀ ਸਰਦੀਆਂ 'ਚ, ਤੁਹਾਨੂੰ ਉਹ ਜਗ੍ਹਾ ਦਿਖਾਉਣਾ। ਆਹ ਦੇਖੋ ਜਿੱਥੇ ਸਟੇਅ ਕੀਤਾ ਸੀ ਆਪਾਂ ਪਿਛਲੀ ਵਾਰੀ, ਅਤੇ ਬਾਕੀ ਦੇਖਦੇ ਹਾਂ। ਕਹਿੰਦੇ ਆ ਰਸ਼ ਘੱਟ ਹੀ ਗਾ, ਬਾਕੀ ਦੇਖੋ ਆ ਰਹੀ ਇੱਧਰ ਦੀ ਮਾਰਕੀਟ, ਇੱਥੇ ਰੁਕੇ ਸੀ ਆਪਾਂ ਇਸ ਘਰ 'ਚ ਗਰਮਸ਼ਾਲਾ 'ਚ, ਅਤੇ ਫਿਲਹਾਲ ਦੇਖਦੇ ਹਾਂ ਕੋਈ ਨਾ ਕੋਈ ਚੀਜ਼ ਜ਼ਰੂਰ ਲਵਾਂਗੇ ਇੱਥੋਂ ਵੀ। ਸੋ ਆ ਰਿਹਾ ਗੇਟ ਨੰਬਰ 1, ਸ਼੍ਰੀ ਬਾਲਾ ਜੀ ਮੰਦਿਰ ਸਾਲਾਸਰ ਧਾਮ ਮੰਦਿਰ ਦਾ ਗੇਟ ਨੰਬਰ 3। ਅੰਦਰ ਲਾ ਦੇਣੇ ਯਾਰ, ਸੋ ਪ੍ਰਸ਼ਾਦ ਵਗੈਰਾ ਲੈ ਲਿਆ ਅਤੇ ਹੁਣ ਅਸੀਂ ਚੱਲੇ ਹਾਂ ਅੰਦਰ, ਅਤੇ ਮੰਮੀ ਡੈਡੀ ਚੱਪਲ ਲਾਉਣ ਗਏ ਆ, ਉਤਾਰ ਕੇ ਆਉਂਦੇ ਆ ਫਿਰ ਚੱਲਦੇ ਅੰਦਰ। ਸੋ ਮੰਦਿਰ ਦੇ ਅੰਦਰ ਜਾ ਰਹੇ ਹਾਂ, ਅਤੇ ਮੰਦਿਰ ਦੇ ਅੰਦਰ ਉਹਨਾਂ ਨੇ ਵੀਡੀਓ ਸ਼ੂਟ ਨਹੀਂ ਕਰਨ ਦੇਣੀ, ਕੁਛ ਨਹੀਂ ਕਰਨ ਦੇਣਾ, ਅਤੇ ਇਸ ਲਈ ਸੋਰੀ, ਤੁਹਾਨੂੰ ਦਰਸ਼ਨ ਨਹੀਂ ਕਰਾ ਪਾਵਾਂਗਾ। ਦਰਸ਼ਨ ਵਗੈਰਾ ਅਸੀਂ ਕਰ ਰਹੇ ਸੀਗੇ ਅਤੇ ਸਾਡੇ ਨਾਲ ਹੈਗੇ ਸੀਗੇ ਅਤੇ ਭਈਆ ਭਾਬੀ ਹੁੰਦੇ ਸਿਸਟਰ ਦੀ ਨਾਲ, ਅਤੇ ਆਪਾਂ ਐਮ ਪੀ ਤੋਂ, ਉਹ ਯੂਪੀ ਤੋਂ ਸੀ, ਅਤੇ ਅਸੀਂ ਪੰਜਾਬ ਤੋਂ, ਹਾਂ ਅਤੇ ਅਸੀਂ ਰਾਜਸਥਾਨ ਸੀਗੇ, ਬਾਕੀ ਮਿਲ ਸਕਦੇ ਸਾਰਿਆਂ ਨੂੰ। ਸੋ ਹੁਣ ਅਸੀਂ ਚੱਲਦੇ ਹਾਂ ਗੱਡੀ ਕੋਲ, ਖਾਣੇ ਪੀਣੇ ਵਿੱਚ ਮਿਲਦੇ ਹਾਂ। ਹੁਣ ਛੋਲੇ ਕੁਲਚੇ ਖਾਣ ਲੱਗਾ ਸੀਗਾ ਮੈਂ, ਪਹਿਲੇ ਵੀ ਇੱਥੇ ਖਾਧੇ ਸੀਗੇ, ਹੁਣ ਵੀ ਖਾਣ ਲੱਗਾ ਸੀਗਾ। ਇਹ ਸੇਮ ਜਿਹੜੇ ਦਿੱਲੀ 'ਚ ਮਿਲਦੇ ਆ ਨਾ, ਸੇਮ ਉਸ ਤਰ੍ਹਾਂ ਹੀ ਹੈਗੇ ਆ। ਅਤੇ ਮੰਮੀ ਡੈਡੀ ਖਾ ਰਹੇ ਆ ਗੋਲਾ, ਇਹ ਦੇਖੋ ਗੋਲਾ ਖਾਂਦੇ ਜੀ, ਇਹਨਾਂ ਨੇ ਗੋਲਾ ਖਾਣਾ। ਪਾਪਾ ਹੋ ਰਹੇ ਉੱਧਰ ਖਾ ਰਹੇ ਨਾਲ ਭਾਬੀ ਦੇ ਪਈਆ। ਉਹ ਆਹ ਦੇਖੋ ਹੁਣ ਗੋਲੇ ਛੋਲੇ ਖਾ ਕੇ ਮੈਨੂੰ ਚਲਾਉਂਦੇ ਪਏ ਆ, ਅਤੇ ਉੱਧਰ ਹੋ ਰਹੀ ਮੰਮੀ ਗੋਲੇ ਛੋਲੇ ਖਾਣ ਲੱਗੇ ਆ, ਅਤੇ ਮੈਂ ਤਾਂ ਆਪਣੇ ਹਾਲੇ ਛੋਲੇ ਕੁਲਚੇ ਕਰਾਏ, ਹਾਲੇ ਤੱਕ ਹੋਏ ਨਹੀਂ ਹੈ, ਹੋ ਗਏ ਬਸ ਛੋਲੇ ਤਿਆਰ ਹੋਣ ਵਾਲੇ ਆ। ਸੋ ਆਪਣੇ ਵੀ ਕੁਲਚੇ ਛੋਲੇ ਆ ਚੁੱਕੇ ਆ, ਕੁਲਚੇ ਕੁਛ ਲਾਂਗੇ ਅਤੇ ਛੋਲੇ ਉਸ ਤਰ੍ਹਾਂ ਦੇ, ਠੀਕ ਆ ਖਾਧੇ ਪਹਿਲੇ ਵੀ ਟੇਸਟ ਸਹੀ ਹੁੰਦਾ। ਉਹ ਖਾਣਾ ਪੀਣਾ ਸਾਡਾ ਕੰਪਲੀਟ ਹੋ ਚੁੱਕਾ, ਅਤੇ ਚਿਲਡ ਵਾਟਰ ਬੋਟਲ ਵੀ ਮਿਲ ਗਈ ਆ, ਇਹਨਾਂ ਦਾ ਗੋਲਾ ਹੀ ਨਹੀਂ ਮੁੱਕਦਾ। ਚਲੀਏ ਅਤੇ ਹੁਣ ਜਿਹਦੀ ਟੈਕਸੀ 'ਚ ਆਏ ਸੀ, ਟੈਕਸੀ ਦਾ ਵੀ ਫੋਨ 'ਤੇ ਫੋਨ ਕਰੀ ਜਾਂਦਾ, ਮੰਮੀ ਕੀ ਕਰਨਾ ਟੈਕਸੀ ਵਾਲਾ, ਆ ਜਾਓ ਜਲਦੀ ਜਲਦੀ, ਅਤੇ ਉਹਨੂੰ ਕਿਹਾ ਟਾਈਮ ਲੱਗਦਾ, ਉਹਨੂੰ ਕਹੋ ਵੇਟ ਕਰੋ ਭਰਾ, 5 ਮਿੰਟਾਂ ਦੀ ਆਉਣ ਜਾਣ ਕਿਹੜਾ ਹੁੰਦਾ। ਅਤੇ ਹੁਣ ਆਪਾਂ ਕਰੀਏ ਸ਼੍ਰੀ ਬਾਲਾ ਜੀ ਮੰਦਿਰ ਨੂੰ ਬਾਏ ਬਾਏ, ਸੋ ਫਿਰ ਕਦੀ ਮਿਲਾਂਗੇ, ਫਿਰ ਕਦੀ ਆਵਾਂਗੇ ਬਾਬਾ ਜੀ, ਜਲਦੀ ਬੁਲਾਵਾ, 6 ਮਹੀਨੇ ਬਾਅਦ ਬੁਲਾਇਆ, 2-2 ਮਹੀਨੇ ਬਾਅਦ ਬੁਲਾਇਆ ਕਰੋ। ਸੋ ਹੁਣ ਢਾਬੇ 'ਤੇ ਰੁਕੇ ਸੀ ਆਪਾਂ, ਉੱਥੇ
ਅਤੇ ਕੁਛ ਖਾਂਦੇ ਹਾਂ, ਥੋੜ੍ਹਾ ਬਹੁਤਾ ਹੋਰ ਟਾਈਮ ਵੱਧ ਹੋ ਗਿਆ ਹੁਣ ਤਾਂ, ਵੇਖਦੇ ਹਾਂ। ਤੋਂ ਮੰਦਿਰ ਦੇ ਦਰਸ਼ਨ ਕਰਕੇ ਅਸੀਂ ਆ ਗਏ ਸੀ ਅਤੇ ਹੁਣ ਆਪਾਂ ਤੋਰਨ ਦੁਆਰ ਆ ਗਏ ਹਾਂ ਫਿਰ। ਉਹ ਦੇਖੋ ਅਤੇ ਫਿਲਹਾਲ ਚਲੀਏ ਆਪਾਂ, ਆਟੋ ਕਰ ਲੈਣ, ਆਟੋ ਹੀ ਕਰ ਲਓ, ਉੱਧਰ ਤਾਂ ਚੱਲਦੇ ਹਾਂ। ਕਹਿੰਦੇ ਆਟੋ ਨਹੀਂ ਕਰਨਾ, ਤੂੰ ਪੈਦਲ ਚੱਲਦੇ। ਦੱਸਦਾ ਕੀ ਗੱਲ ਹੋਈ ਯਾਰ, ਹਾਂ ਮੈਨੂੰ ਇਕੱਲਾ ਭੇਜ ਦਿਓ, ਬਹਿ ਕੇ ਜਦ ਬਿਠਾਓਗੇ ਤੇ ਬੈਠਾਂਗਾ, ਐਵੇਂ ਠੰਡਾ ਮੌਸਮ ਆ, ਦਿਓ ਮੈਨੂੰ ਚਾਬੀ। ਹਾਂ ਦੇਖਿਆ, ਆਟੋ ਵੀ ਨਹੀਂ ਕਰਾਉਂਦੇ, ਕਰਾਈ ਜਾਂਦੇ ਪਾਗਲਾਂ ਤਰ੍ਹਾਂ। ਮੈਂ ਨਹੀਂ ਆਉਣਾ ਕਰਨਾ ਤੁਹਾਡੇ ਨਾਲ, ਅੱਗੇ ਇਕੱਲਾ ਬੰਦਾ ਆਈ ਵੀ ਸਹੀ ਆ। ਪਾਪਾ ਖਾਣ ਲੱਗੇ ਕੜੀ ਅਤੇ ਕਚੋਰੀ, ਪਿਛਲੀ ਵਾਰੀ ਵੀ ਖਾਧੀ ਸੀ ਯਾਦ ਹੈ, ਜਦੋਂ ਮੰਮੀ ਨੇ ਕੜੀ ਅਤੇ ਪਾਪਾ ਨੇ ਕਚੋਰੀ ਖਾਧੀ ਸੀ, ਅਤੇ ਉੱਧਰੋਂ ਲਿਆਉਣ ਲੱਗੇ ਆ। ਬਾਕੀ ਦੇਖੋ ਹੋਰ, ਬਾਕੀ ਇੱਧਰ ਥੋੜ੍ਹਾ ਜਿਹਾ ਸਮਾਨ ਵਗੈਰਾ ਲੱਗਾ, ਮੂਰਤੀਆਂ ਹੋ ਗਏ, ਲੈ ਲਿਆ। ਮੰਮੀ ਕਿਹੜਾ ਲਿੱਤਾ ਦਿਖਾਈ, ਇੱਥੋਂ ਦਿਖਾ ਦੇ, ਆਹ ਵਾਲਾ ਲਿੱਤਾ, ਲੱਡੂ ਗੋਪਾਲ ਜੀ ਲਈ ਆਪਾਂ ਬੈੱਡ, ਲੱਡੂ ਗੋਪਾਲ ਜੀ ਲਈ, ਅਤੇ ਆ ਜਾ ਕੇਦਾਰਨਾਥ ਉਹ ਖੰਡ ਸਾਹਿਬ ਮੰਦਿਰ। ਕਿੰਨੇ ਦਾ? ਹੁਣ ਖਾਣ ਲੱਗੇ ਆਪਾਂ ਆਈਸਕ੍ਰੀਮ, ਖਾਓ ਕਿੱਦਾਂ ਦੀ, ਕਿੱਦਾਂ ਦੀ ਆ, ਟੇਸਟੀ ਆ, ਸਹੀ ਆ, ਸ਼ੁਗਰ ਆ, ਸਹੀ ਲੱਗੀ ਆ, ਚੱਲ ਆਏ ਆ। ਉਹ ਕਹਿੰਦੀ ਕਿਤੇ ਸਾਡੀ ਵਾਰੀ ਨਾ, ਮੰਮੀ ਨੇ ਪਤਾ ਕਿਉਂ ਕਿਹਾ ਵਾ, ਮੰਮੀ ਕਹਿੰਦੀ ਇਹ ਖਾ ਲੈਣ ਪਹਿਲੇ, ਫਿਰ ਇਹਨਾਂ ਨੇ ਮੈਂ ਬੁਖਾਰ ਬਖਾ ਕੇ ਖਾਵਾਂਗੀ, ਦੇ ਲਓ ਸਾਡੀ ਮੰਮੀ ਯਾਰ, ਇੱਥੇ ਬਹਿ ਜਾ, ਕੋਈ ਗੱਲ ਨਹੀਂ ਹੁਣ, ਚਲੋ ਮੈਂ ਵੀ ਖਾ ਕੇ ਤੁਹਾਡੇ ਨਾਲ ਮਿਲਦਾ ਥੋੜ੍ਹੀ ਦੇਰ ਤੱਕ। ਸੋ ਅੱਜ ਦਾ ਵਲੋਗ ਇੱਥੇ ਕਰਦੇ ਹਾਂ ਖਤਮ, ਅਤੇ ਸਾਡਾ ਵਲੋਗ ਜੇ ਵਧੀਆ ਲੱਗਾ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਮਿਲਦੇ ਆਪਾਂ ਨੈਕਸਟ ਵਲੋਗ ਨਾਲ, ਸੋ ਗੁੱਡ ਨਾਈਟ, ਟਾਟਾ, ਟੇਕ ਕੇਅਰ, ਬਾਏ ਬਾਏ।